सत श्रीकाल दोस्तों, इस टाइम खड़े हैं समाणा की अनाज मंडी के। सो जीरी का की रेट है बासमती का? 1509 होगी, 1847 होगी, 1121 होगी। तो किसान भीर अपने नाल है, जानकारी लेने भीर लेके आया सी इत्थे। सत श्रीकाल जी। सत श्रीकाल भाई जी, हो ठीक ठाक जी? चढ़दी कला भाजी, कृपा महाराज दी। की नाम है जी अपना? जसविंदर सिंह भाजी। केड़ा पिंड है जी? पिंड भाजी सनौर दे लागे, पिंड असरपुर। जिला केड़ा पै जांदा जी? जिला पटियाला है भाई जी। जिला पटियाला पै जांदा। केड़ा चोना लेके आए जी? 1509 लेके आए। 1509 हां जी। ते भाई मशीन ना बड़ी बीती के है? हाथी नाल, कंबाइन नाल। हां जी भाई, ठीक है जी। हां जी, रेट की गल करिए, की रेट लगी है जी? रेट भाजी जेड़ा अपना 1509 बिके, 3660 रुपए बिके जी। अच्छा जी। खीरा जेड़ा 1509 ਦਾ ਰਿਹਾ 3740 ਰੁਪਏ, ਤੇ ਜਿਹੜੀ 1847 ਆ ਉਹਦਾ ਰੇਟ ਰਿਹਾ ਆਪਣਾ 3425 3450। ਕੰਬਾਈਨ ਵਾਲਾ? ਹਾਂ ਜੀ, ਕੰਬਾਈਨ ਵਾਲਾ। ਠੀਕ ਹੈ। ਹਾਂ ਜੀ ਵੀਰੇ, ਜਿਹੜਾ ਹੱਥੀ ਜਿਹੜਾ ਹੈਗਾ ਉਹ ਜ਼ਿਆਦਾ ਥੋੜਾ ਜਿਹਾ ਜਿਹੜਾ ਉਹ ਥੋੜਾ ਜਿਹਾ 100-200 ਰੁਪਏ ਦਾ ਫਰਕ ਪੈ ਜਾਂਦਾ, ਪਰ ਉਨੀ ਕੁ ਫਿਰ ਲੇਬਰ ਪੈ ਜਾਂਦੀ ਹੈ ਭਰਾਵਾ। ਹਾਂ ਜੀ ਹਾਂ, ਉਹ ਸੋਕ ਚਲੀ ਜਾਂਦੀ ਹੈ, ਇਹ ਚਾਹੇ ਨਰਮਾਈ ਚਲੀ ਜਾਂਦੀ ਹੈ। ਬਿਲਕੁਲ। ਹਾਂ ਜੀ, ਤੇ 1692 ਵੈਰਾਈਟੀ ਦਾ ਕੀ? 1692 ਸੇਮ ਹੀ ਆ, 1509 ਵਾਲਾ ਹੀ ਰੇਟ ਚੱਲਦਾ। ਉਹੀ ਚੱਲਦਾ ਹੈਗਾ। ਹਾਂ ਜੀ, ਹਾਂ ਜੀ, 1692 ਦਾ ਥੋੜਾ ਨਿਕਾਲ ਜ਼ਿਆਦਾ 1509 ਨਾਲੋਂ। ਠੀਕ ਹੈ ਜੀ। ਹਾਂ ਜੀ, ਹਾਂ ਜੀ। ਤੇ ਹੋਰ ਵੈਰਾਈਟੀ ਵੀ ਕੋਈ ਆਈ ਹੈ ਜੀ? ਨਹੀਂ, ਬਾਕੀ ਹੋਰ ਤਾਂ ਨਹੀਂ, ਇਹ ਤਿੰਨੇ ਵੈਰਾਈਟੀਆਂ ਚੱਲ ਰਹੀਆਂ ਭਰਾ। ਬਾਕੀ 26 ਆਉਣ ਵਾਲੀ ਆ, 17-18। ਨਹੀਂ, 17-18 ਲੇਟ ਆ ਵੈਰਾਈਟੀ, ਉਹ 11-21 ਦਾ ਟਾਈਮ ਲੱਗਦਾ। ਹਾਂ, ਮੁਸਲ ਵੀ ਲੇਟ ਆਊਗਾ ਜੀ। ਹਾਂ, ਮੁਸਲ ਵੀ ਲੇਟ ਆ ਜੀ, ਉਹ ਅਗਲੇ ਮਹੀਨੇ ਆਉਣੀਆਂ ਭਾਜੀ। ਹਾਂ, ਇਹ ਦੋ ਤਿੰਨ ਵੈਰਾਈਟੀਆਂ ਚੱਲ ਰਹੀਆਂ ਨੇ। ਹਾਂ ਜੀ, ਕਿਉਂਕਿ ਸਾਡਾ ਸਬਜ਼ੀ ਦਾ ਏਰੀਆ ਬਾਈ ਜੀ, ਇਸ ਕਰਕੇ ਉਧਰ ਅਸੀਂ ਸਬਜ਼ੀ ਲਾਉਨੇ ਆ ਨਾ, ਟਮਾਟਰ ਦੀ ਮੇਨ ਕਾਸਟ ਆ। ਅੱਛਾ ਅੱਛਾ ਅੱਛਾ, ਉਹ ਚ ਇਹੀ ਕੰਮ ਚੱਲਦਾ ਜੀ ਸਾਡੇ। ਕਿੰਨੇ ਖੇਤੀ ਕਰਦੇ ਜੀ ਆਪਾਂ? ਮੇਰੇ ਕੋਲ ਭਰਾਵਾ ਆਪਣੀ 6 ਏਕੜ ਜ਼ਮੀਨ ਆ, ਬਾਕੀ ਲੀਜ਼ ਤੇ ਲੈ ਕੇ ਕਰਦੇ ਆ ਨਾਲ ਥੋੜਾ ਕੰਮ ਸਬਜ਼ੀ ਦਾ। ਕੰਮ ਸਬਜ਼ੀ ਦਾ ਕੰਮ ਆ। ਠੀਕ ਹੈ ਜੀ। ਹਾਂ ਜੀ, ਇੱਕ ਵਾਰ ਦਿਖਾਈਏ ਭਾਈ ਮੜਾ ਝੋਨਾ ਜੀ। ਬਿਲਕੁਲ ਲੈ ਵੀ, ਆਹ ਵੈਰਾਈਟੀ ਲੱਗੀ ਹੈ ਨਾ 1509। ਹਾਂ ਜੀ, ਇਹਦਾ ਰੇਟ ਕਿੰਨਾ ਦੱਸਿਆ ਵੀਰੇ? 3660 ਰੁਪਏ ਬਾਈ। 3660। ਹਾਂ ਜੀ, ਹਾਂ ਜੀ, ਖੁੱਲੀ ਬੋਲੀ ਹੈ ਬਾਈ ਇਹ। ਖੁੱਲੀ ਬੋਲੀ? ਹਾਂ ਜੀ, ਖੁੱਲੀ ਬੋਲੀ। ਐਨ ਕਿ ਕੋਈ ਪੜਦਾ ਨਹੀਂ, ਪਹਿਲਾਂ ਅਸੀਂ ਚੀਕੇ ਲੈ ਕੇ ਜਾਂਦੇ ਸੀਗੇ। ਠੀਕ ਹੈ ਜੀ। ਚੀਕੇ ਦਾ ਬਸ ਕੋਈ 3400 ਲਾ ਰਿਹਾ, ਕੋਈ 3300 ਪਿੱਛੇ ਵੇਚ ਕੇ ਆਇਆ ਮੈਂ, 3450 ਰੁਪਏ ਵਿਕੀ ਚੀਕੇ। ਠੀਕ ਹੈ ਜੀ। ਹਾਂ ਜੀ, ਇੱਥੇ ਖੁੱਲਾ ਨਜ਼ਾਰਾ, ਆਨੰਦ ਹੈ। ਆਨੰਦ ਆ ਪੂਰਾ ਪੂਰਾ ਬਾਈ ਜੀ। ਉਹ ਢੇਰੀ ਦਿਖਾ ਦਈਏ ਆਪਾਂ, ਦੂਜੀ ਵੈਰਾਈਟੀ ਆ ਨਾ ਜੀ, ਉਹ 1847। ਉਹ 1847 ਦੀ ਵੈਰਾਈਟੀ ਜਿਹੜੀ ਆ ਲੱਗੀ ਹੈ। ਹਾਂ ਜੀ, ਹਾਂ ਜੀ। ਇਹਦਾ ਕੀ ਰੇਟ ਰਿਹਾ ਵੀਰੇ? समाणा मंडी ਦਾ ਵਧੀਆ ਰੇਟ ਹੈਗਾ ਹਨਾ। ਚੀਕੇ ਨੂੰ ਅਸੀਂ ਚੀਕੇ ਤੋਂ ਅੱਗੇ ਚੱਲ ਕੇ ਆਏਗੇ ਹੁਣ, ਮੰਨ ਵੀ ਅਸੀਂ ਇਹ ਇਥੋਂ ਰੇਟ ਦਾ ਫਰਕ ਹੈ ਕੁਛ ਨਾ ਕੁਛ। मुसल वगैरा जी लेट आई है। 1500 1847 अपनी कई ढेरी है जी? ਕਿਹੜਾ ਕਿਹੜਾ ਬੀਜ ਦੀ ਉਹ? 1692 ਆ ਜੀ। ਲੈ 1692 ਦਿਖਾ ਦੇ, ਤਿੰਨੇ ਵੈਰਾਈਟੀਆਂ ਆਪਣੇ ਹਨਾ ਨਿਗਾਹ ਦੇ ਵਿੱਚ ਆ ਜਾਣਗੀਆਂ। ਲੈ ਵੀ ਆਹ 1692 ਦੀ ਵੈਰਾਈਟੀ ਹੈਗੀ, ਇਹ ਦਿਖਾ ਦਈਏ ਆਪਾਂ। ਲੈ ਵੀ ਆਹ 1692 ਵੈਰਾਈਟੀ ਹੈ, ਕੀ ਰੇਟ ਲੱਗਿਆ ਜੀ? 3690 ਜੀ। 3690, ਠੀਕ ਹੈ ਜੀ। 3690 ਰੁਪਏ ਲੱਗਿਆ ਦੋਸਤੋ ਇਹਦਾ ਰੇਟ। ਇਹ ਮਸ਼ੀਨ ਨਾ ਕੰਬਾਈਨ ਨਹੀਂ ਵੱਡੀ ਵੀ ਹੈ ਜੀ? ਠੀਕ ਹੈ, ਠੀਕ ਹੈ ਜੀ। ਤੇ ਖੁਸ਼ ਹੋਗੇ? ਪੂਰੇ ਖੁਸ਼। ਠੀਕ ਹੈ ਜੀ। ਤੇ ਹੋਰ ਕਿਸੇ ਮੰਡੀ ਦੇ ਵਿੱਚ ਗਏ ਹੋ ਤੁਸੀਂ ਲੈਵੇ ਲਾਉਣੇ? ਆਪਣੇ ਉੱਥੇ ਲੱਗੀ 3660 ਰੁਪਏ। ਠੀਕ ਹੈ ਜੀ। ਠੀਕ ਹੈ ਮੰਡੀ, ਠੀਕ ਹੈ ਮੰਡੀ, ਅੱਜ ਦੀ ਗਏ ਨੇ ਉੱਥੇ ਤੁਹਾਡੇ ਨਾਲ ਦੇ? ਨਾਲ ਦੇ ਗਏ। ਇੱਕ ਟਰਾਲੀ ਉਧਰ ਗਈ ਹੋਊਗੀ? ਹਾਂ ਜੀ। ਠੀਕ ਹੈ, ਯਾਨੀ ਕਿ ਦੋ ਮੰਡੀਆਂ ਜਾਣੇ ਹੋ, ਚੀਕਾ ਜਾਂ ਸਮਾਣਾ? ਹਾਂ ਜੀ, ਸਮਾਣਾ। ਠੀਕ ਹੈ, ਠੀਕ ਹੈ ਜੀ। ਤੇ ਪਿਛਲੇ ਕਿੰਨੇ ਸਮੇਂ ਤੋਂ ਲਾ ਰਹੇ ਹੋ ਇਹ ਵੈਰਾਈਟੀ? 3-4 ਸਾਲ ਤੋਂ ਲਾ ਰਹੇ ਜੀ। 3-4 ਸਾਲ ਤੋਂ ਪੁਰਾਣੀ ਹੈ।
ਠੀਕ ਹੈ ਜੀ। ਕੋਈ ਡਿੱਗਣ ਦੀ ਸਮੱਸਿਆ ਇਹਦੇ ਵਿੱਚ? ਨਾ ਜੀ। ਕਿੰਨਾ ਕੁ ਰੇਹ ਲਾ ਦਿੰਦੇ ਹੋਗੇ? दबड़ी खाना है प्रेरित करता भाई इधर पूरा है पटियाला एरिया तक साया पिया है। चलो वधिया गल है ना भाई। कहिंदा स्प्रे की स्प्रे कि तेले वाली कि कदे वाली की थी? वाहन तैयार कर लिया वाह के उस तो बाद पानी छड़ता पईयां तो लवा दी फिर पानी लाया तार बत्तर। ठीक है जी। ते कोई कखा दी समस्या फिर ओहदे विच? जिंक दी कमी? कोई जिंक दी कमी पूरी घंट रही है ले भी एक रेट दसता दूजी जानकारी आप देती भी आ तरीका है ना भी तरीका भी अपनाओ है ना नाल पानी की फिर बचत पानी ज्यादा लगे घट लगे कि अच्छा फिर कहते त्रेड़ा सट गया वाहन ए कर गया कोई समस्या नहीं? ठीक ठीक है जी। तो पानी का दस दो किन्ने पानी लेते ने ये झोने ने फिर जिस तरह दूजी आई उसे पानी खड़ाना पैंता जी दसवें दिन पानी लाओ जो मीह पै गया तो पंद्रह भी दिन भी टप जाते सुका सुका लाए ने पानी है पानी सुखा के लाना चाहिए फिर बीमारी नहीं जी बीमारी तो मैं अपनी वो तो करता जी भी बीमारी ना पैजे तो स्प्रे करता उस बीमारी कोई नहीं थी। ठीक है ठीक है जी। हाँ जी। तो मन भी बाई तो ए कहता भी जो नसारे से आ जाता झोना उदो भी पानी मन सुखा के लाओ कोई प्रॉब्लम नहीं आऊगी उम्मी चल दोगे बाई ना? ठीक है ठीक है। किन्ने समय तो जुड़े हुए होंगे? उन्होंने दो तीन साल हो गए जी वीडियो देखते दे। हूँ मैं खर्चे भी पिछे वाल रहे हूँ क्योंकि मैं कणक बीजनी है जब तक पराली में खत्म हो जाएगी। बहुत वधिया बधाई दे पात्रो जी तुसी बहुत बहुत वीडियो शेयर जरूर करो है ना। सो बई आह चीज है ना रंग देखो है ना ते पूरी वधिया तैयार करके किसान भीर लेके आए ने ते वधिया भाव मिल रहे जे किसान वधिया तैयार करके लाउंगे ते वधिया भाव मिलूगा है ना। दस दिन ही ठीक है ठीक है जी। ते इधर होर किसान भीर नाल गलबात करते है ना जी अपने एरिए दे ने का दूरों नेड़ों आए ने होर पटियाला एरिए दे हुण पटियाला एरिया ज्यादा इत्थे लवे आ रहा सब्जी दा करके है ना हाँ बाकी मतलब पांच सात दिनों दे विच आ जाणगे दूजे भीर भी। ठीक है बहुत बहुत धन्यवाद थोड़ा जी।